ਖੰਡੇ ਤਿੱਖੇ ਕੋਈ ਕੁਰਬਾਨੀ ਕਰੂਗਾ, ਤੈਨੂੰ ਦਿੱਲੀ ਇੰਨੀ ਇਕੱਠੀ ਪਰੇਸ਼ਾਨ ਕਰੂਗਾ, ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਤੱਤੀਆਂ ਤੇ ਇੱਕ ਚ ਕਰੋੜੀ ਹੋਣਗੇ, ਤੇਰੀ ਧੌਣ ਦੇ ਦਾਮਣ ਕੇ ਮਰੋੜੀ ਹੋਣਗੇ, 80 ਵਰੇ ਦੇ ਆ ਬਾਬਿਆਂ ਤੋਂ ਲੈ ਕੇ ਥਾਪੜਾ, ਤੈਨੂੰ ਜੱਗ ਦਾ ਐਲਾਨ ਨੌਜਵਾਨ ਕਰੂਗਾ, ਤੈਨੂੰ ਦਿੱਲੀ ਇੰਨੀ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਬਸ 4-5 ਘੰਟਿਆਂ ਦੀ ਵਾਟ ਦਿੱਲੀ ਏ, ਤੈਨੂੰ ਯਾਦ ਕਰਾ ਦਾਂਗੇ ਔਕਾਤ ਦਿੱਲੀ ਏ, ਤੇਰੀ ਹਿੱਕ ਉੱਤੇ ਚੜ ਕੇ ਜੈਕਾਰੇ ਲਾਉਣਗੇ, ਸਾਡੀ ਹਾਸਿਲ ਫਸਾਈ ਆਸਮਾਨ ਕਰੂਗਾ, ਤੈਨੂੰ ਦਿੱਲੀ ਇੰਨੀ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜੋ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ, ਅਸੀਂ ਨਾਭਾ ਦੀਆਂ ਤਸਵੀਰਾਂ ਦਿਖਾ ਦਈਏ। ਨਾਭਾ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜੋ ਰੋਟੀ ਪੁਲ ਚੌਂਕ ਆ ਉੱਥੇ ਧਰਨਾ ਲਗਾਇਆ ਗਿਆ, ਕਿਉਂਕਿ ਇਹ ਰਸਤਾ ਨਾਭਾ ਭਵਾਨੀਗੜ੍ਹ, ਨਾਭਾ ਗੋਬਿੰਦਗੜ੍ਹ, ਨਾਭਾ ਪਟਿਆਲਾ ਰੋਡ ਆ ਜੋ ਬਿਲਕੁਲ ਬੰਦ ਕੀਤਾ ਗਿਆ ਗਾ, ਅਤੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇ। ਉੱਥੇ ਤੁਹਾਨੂੰ ਇੱਕ ਵੱਖਰੀ ਤਸਵੀਰ ਵਿਖਾ ਰਿਹਾ ਗੇ, ਕਿਉਂਕਿ ਜੋ ਇੱਥੇ ਛੋਟੇ ਛੋਟੇ ਬੱਚੇ ਨੇ ਉਹ ਵੀ ਪਹੁੰਚੇ ਨੇ ਝੰਡਾ ਚੱਕ ਕੇ, ਅਤੇ ਉਹ ਕਿਸਾਨੀ ਦੇ ਸੰਘਰਸ਼ 'ਤੇ ਇੱਕ ਗਾਣਾ ਵੀ ਗਾਉਣਗੇ। ਇਹ ਕੀ ਨਾਮ ਆ ਜੀ ਆਪਣਾ? ਅਸੀਮ। ਅਸੀਮ ਜੀ, ਕਿੰਨੇ ਸਾਲਾਂ ਦੇ ਤੁਸੀਂ? 11। ਕਿਹੜਾ ਤੁਸੀਂ ਗਾਣਾ ਗਾਓਗੇ ਹੁਣ ਕਿਸਾਨੀ ਸੰਘਰਸ਼ 'ਤੇ? ਤੈਨੂੰ ਦਿੱਲੀ ਇੰਨੀ ਇਕੱਠ ਪਰੇਸ਼ਾਨ ਕਰੂਗਾ। ਸੁਣਾਓ। ਕੋਈ ਖੰਡੇ ਤਿੱਖੇ ਕੋਈ ਕੁਰਬਾਨੀ ਕਰੂਗਾ, ਤੈਨੂੰ ਦਿੱਲੀ ਇੰਨੀ ਇਕੱਠ ਪਰੇਸ਼ਾਨ ਕਰੂਗਾ, ਤੇਰਾ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਇਹਨਾਂ ਤੱਤੀਆਂ ਤੇ ਇੱਕ ਚ ਕਰੋੜੀ ਹੋਣਗੇ, ਤੇਰੀ ਧੌਣ ਦੇ ਦਾਮਣ ਕੇ ਮਰੋੜੀ ਹੋਣਗੇ, 80 ਵਰੇ ਦੇ ਆ ਬਾਬਿਆਂ ਤੋਂ ਲੈ ਕੇ ਥਾਪੜਾ, ਤੈਨੂੰ ਜੱਗ ਦਾ ਐਲਾਨ ਨੌਜਵਾਨ ਕਰੂਗਾ, ਤੈਨੂੰ ਦਿੱਲੀ ਇੰਨੀ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਬਸ 4-5 ਘੰਟਿਆਂ ਦੀ ਵਾਟ ਦਿੱਲੀ ਏ, ਤੈਨੂੰ ਯਾਦ ਕਰਾ ਦਾਂਗੇ ਔਕਾਤ ਦਿੱਲੀ ਏ, ਤੇਰੀ ਹਿੱਕ ਉੱਤੇ ਚੜ
ਟਿੱਕੇ ਜੈਕਾਰੇ ਲਾਉਣੀ ਕੇ ਸਾਡੀ ਹਾਸਿਲ ਅਫਸਾਈ ਆਸਮਾਨ ਕਰੂਗਾ ਤੈਨੂੰ ਦਿੱਲੀ ਨੀ ਇਕੱਠੀ ਪਰੇਸ਼ਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਤੁਸੀਂ ਦੇਖਿਆ ਜੋ ਸਿੰਘ ਵੱਲੋਂ ਗਾਣਾ ਗਾਇਆ ਤੇ ਕੇਂਦਰ ਸਰਕਾਰ ਦੇ ਖਿਲਾਫ ਸਾਡੇ ਨਾਲ ਸਿੰਗਰ ਨੇ ਜੀਤ ਖਾਨ ਉਹਨਾਂ ਨਾਲ ਗੱਲ ਕਰਦੇ ਆ ਜਿਹੜਾ ਹੈਗਾ ਇਹ ਗਾਣਾ ਕਿੱਥੋਂ ਸਿੱਖਿਆ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਅੱਜ ਬੜਾ ਦੁੱਖ ਦੀ ਗੱਲ ਹੈ ਕਿ ਇੱਕ ਸਾਲ ਬਾਅਦ ਫਿਰ ਅਸੀਂ ਸਾਰੇ ਇਕੱਠੇ ਹੋਏ ਨੇ ਕਿਉਂਕਿ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਰੋਡ 'ਤੇ ਤੁਲੀਆਂ ਪਈਆਂ ਨੇ ਬੜੇ ਬੜੇ ਪੁਲ ਬਣਾ ਤੇ ਮਹਿੰਗੇ ਭਾਅ 'ਚ ਜ਼ਮੀਨਾਂ ਖਰੀਦ ਕੇ ਸਾਨੂੰ ਬਰਬਾਦ ਕਰਨ 'ਤੇ ਮਤਲਬ ਲੱਕ ਬੰਨਿਆ ਸੈਂਟਰ ਸਰਕਾਰਾਂ ਨੇ ਮੈਂ ਗਾਣਾ ਤਿਆਰ ਕੀਤਾ ਵੀ ਜੋ ਪੰਜਾਬ ਦੇ ਹੱਕ ਲਈ ਬੋਲਦਾ ਉਹਦੇ ਝੂਠੇ ਪਰਚੇ ਕੀਤੇ ਜਾਂਦੇ ਆ ਅਤੇ ਸਾਰੇ ਅੱਜ ਸਾਡੀਆਂ ਮੰਗਾਂ ਨਹੀਂ ਮੰਨੀਆਂ ਸਾਰਾ ਇਕੱਠ ਦੇਖ ਰਿਹਾ ਦੁਬਾਰੇ ਫੇਰ ਹੋ ਗਿਆ ਕਿਉਂਕਿ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਸਾਨੂੰ ਇੱਦਾਂ ਇਕੱਠ ਨਹੀਂ ਕਰਨਾ ਸਾਨੂੰ ਨਹੀਂ ਕਰਦੇ ਅਸੀਂ ਇਕੱਠ ਜੀ ਸਾਡੀਆਂ ਮੰਗਾਂ ਪੂਰੀਆਂ ਕਰਨ ਸਰਕਾਰਾਂ ਅਤੇ ਮੈਂ ਗਾਣਾ ਕੀਤਾ ਜੀ ਟੁੱਟਿਆ ਪੰਜਾਬ ਤਕਰੀਬਨ ਟੁੱਟੇ ਚੁੱਕਿਆ ਲਾਹੌਰ ਵੀ ਇੱਕ ਪਾਸੇ ਹੋ ਗਿਆ ਚੰਡੀਗੜ੍ਹ ਵੀ ਲੈ ਗਏ ਇਹਨੂੰ ਪਤਾ ਨਹੀਂ ਹੋਰ ਕੀ ਲਿਜਾਣਗੇ ਹੋ ਗੱਲ ਚੰਗੀ ਲੱਗਿਆ ਸੁਣੀ ਮੇਰੀ ਗੌਰ ਦੀ ਸਾਡੀ ਆਉਣੀ ਜਾਣੀ ਹੋ ਜਾਵੇ ਲਾਹੌਰ ਦੀ ਮੈਂ ਤਾਂ ਸੋਚਾਂ ਨਿੱਤ ਤੁਹਾਨੂੰ ਕਿਉਂ ਨਹੀਂ ਆਉਂਦੀ ਉਹ ਉੱਤੋਂ ਉੱਤੋਂ ਲੱਗਦੇ ਨੇ ਸਾਡੇ ਜੋ ਖੋ ਕੇ ਚੰਡੀਗੜ੍ਹ ਲੈ ਗਏ ਜੀ ਕਹਿੰਦੇ ਚੰਗੇ ਬੰਦੇ ਆਏ ਸਿਰ ਪੱਗਾਂ 'ਚ ਫਸਾਏ ਉਹ ਲੁੱਟ ਕੇ ਪੰਜਾਬ ਲੈ ਗਏ ਜੀ ਕਹਿੰਦੇ ਚੰਗੇ ਬੰਦੇ ਆਏ ਸਿਰ ਪੱਗਾਂ 'ਚ ਫਸਾਏ ਉਹ ਲੁੱਟ ਕੇ ਪੰਜਾਬ ਲੈ ਗਏ ਤੁਸੀਂ ਦੇਖਿਆ ਜੀਤ ਖਾਨ ਸੀ ਸਿੰਗਰ ਅਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਲੋਂ ਕਿਸਾਨੀ ਅੰਦੋਲਨ 'ਤੇ ਜੋ ਗਾਣੇ ਗਾਏ ਨੇ ਉਹ ਜਿਹੜੇ ਹੈਗੇ ਕਾਫੀ ਜਿਹੜੇ ਲੋਕ ਵੀ ਇੱਥੇ ਪ੍ਰਭਾਵਿਤ ਹੋ ਰਹੇ ਨੇ ਕਿਸਾਨ ਜਥੇਬੰਦੀਆਂ ਵੀ ਕਿ ਇੱਕ ਛੋਟਾ ਬੱਚਾ ਜਿਹੜਾ ਬਹੁਤ ਹੀ ਵਧੀਆ ਗਾਣਾ ਗਾਇਆ ਗਾ ਤੁਹਾਨੂੰ ਤਸਵੀਰਾਂ ਇੱਕ ਫਿਰ ਫੇਰ ਦਿਖਾ ਦਈਏ ਇਹ ਜੋ ਨਾਭਾ ਗੋਬਿੰਦਗੜ੍ਹ ਰੋਡ ਆ ਬਿਲਕੁਲ ਜਾਮ ਕੀਤਾ ਗਿਆ ਗਾ ਅਤੇ ਦੂਜੇ ਪਾਸੇ ਇਹ ਨਾਭਾ ਪਟਿਆਲਾ ਰੋਡ ਆ ਇਹ ਵੀ ਬਿਲਕੁਲ ਜਾਮ ਕੀਤਾ ਗਿਆ ਹੈ ਕਿਉਂਕਿ ਕਿਸਾਨਾਂ ਦੀ ਇੱਕੋ ਮੰਗ ਆ ਜੋ MSP ਨੂੰ ਲੈ ਕੇ ਜੋ ਕਿਸਾਨਾਂ 'ਤੇ ਜੋ ਤਸ਼ੱਦਦ ਢਾਇਆ ਬਾਰਡਰਾਂ 'ਤੇ ਉਸ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਇਹਨਾਂ ਦਾ ਇਹੀ ਕਹਿਣਾ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਨਾਭਾ ਤੋਂ ਭੁਪਿੰਦਰ ਸਿੰਘ ਨਿਊਜ਼ 18 ਪੰਜਾਬ